ਮੈਚ ਦੀ ਜੇਤੂ ਟੀਮ ਹੋਵੇਗੀ। ਲਓ ਮੈਚ ਸਟਾਰਟ ਹੋਣ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਕਿ ਹੋਣ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ ਜਾਫੀਆਂ ਤੇ ਧਾਵੀਆਂ ਦਾ ਜਿਹਨੂੰ ਜਿਹੜੇ ਗੇੜ ਕਹਿੰਦੇ ਕਿ ਗੁੱਟ ਵੱਟ ਟਾਈਗਰਾਂ ਨੇ ਕੈਚੀ ਜਦੋਂ ਲਾਉਣੀ ਹੈ ਐਟਮ ਜੰਪ ਸੋਨੂੰ ਟਾਈਗਰਾਂ ਨੇ ਕਬੱਡੀ ਜਦੋਂ ਪਾਉਣੀ ਹੈ। ਮੈਚ ਕਬੱਡੀ ਦਾ ਸਟਾਰਟ ਹੋਣ ਜਾ ਰਿਹਾ ਨੰਦਾ ਚੌਰ ਦੀ ਟੀਮ ਕਿਹੜੇ ਪਾਸੇ ਹੱਥ ਖੜਾ ਕਰੇ ਨੰਦਾ ਚੌਰ ਨੰਦਾ ਚੌਰ ਦੀ ਟੀਮ ਚਲੀ ਗਈ ਹੈ ਪਿੰਡ ਵਾਲੀ ਸਾਈਡ ਤੇ ਇੱਧਰ ਸਕੂਲ ਵਾਲੀ ਸਾਈਡ ਚਲੀ ਗਈ ਹੈ ਟੀਮ ਮੇਰੇ ਵੀਰੋ ਪੰਡੋਰੀ ਜੀ। ਲਓ ਮੈਚ ਸਟਾਰਟ ਹੋਣ ਜਾ ਰਿਹਾ ਦੋਨੋਂ ਟੀਮਾਂ ਦੇ ਵਿਚਕਾਰ ਹੋਈ ਨੀ ਕਬੱਡੀ ਦਾ ਮੈਚ ਕਹਿੰਦੇ ਮੇਰੇ ਵੀਰੋ ਸਟਾਰਟ ਹੋਣ ਜਾ ਰਿਹਾ। ਮੇਰੀ ਰੈਫਰੀ ਸਹਿਬਾਨਾਂ ਨੂੰ ਬੇਨਤੀ ਹੈ ਜੀ ਰੈਫਰੀ ਗਰਾਊਂਡ ਦੇ ਚਲੇ ਜਾਣ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਕੋਈ ਡਿਊਟੀ ਨਹੀਂ ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਜੀ ਪ੍ਰਬੰਧਕ ਵੀਰ ਕਹਿੰਦੇ ਕਿ ਉਹ ਬਾਹਰਲੀ ਸਾਈਡ ਆਏ ਆ ਜਿਹੜੇ ਵੀਰਾਂ ਦੀ ਗਰਾਊਂਡ ਦੇ ਵਿੱਚ ਕੋਈ ਡਿਊਟੀ ਨਹੀਂ। ਅੱਜ ਦੇ ਇਸ ਚੌਥੇ ਬਾਪੂ ਓਮ ਜੀ ਗੋਲਡ ਕਬੱਡੀ ਕੱਪ ਦੇ ਵਿੱਚ ਪਹੁੰਚੇ ਹੋਏ ਸਾਰੇ ਹੀ ਹਾਜ਼ਰੀਨ ਸਾਰਿਆਂ ਦਾ ਇੱਥੇ ਪਹੁੰਚਣ ਤੇ ਇਸ ਕਮੇਟੀ ਤਰਫੋਂ ਸ਼੍ਰੀ ਸ਼ਰਧਾ ਰਾਮ ਯੂਥ ਕਲੱਬ ਨੰਦਾ ਚੌਰ ਦੀ ਤਰਫੋਂ ਔਰ ਸਮੂਹ ਨਗਨ ਵਾਸੀਆਂ ਤਰਫੋਂ ਬਹੁਤ ਬਹੁਤ ਧੰਨਵਾਦ ਹੈ। ਹੁਣੇ ਹੁਣੇ ਸਾਡੇ ਵਿੱਚ ਸਰਦਾਰ ਬਹਾਦਰ ਸਰਦਾਰ ਵੇਲ ਸਿੰਘ ਜੀ ਜਲੰਧਰ ਜਤਿੰਦਰਪਾਲ ਸਿੰਘ ਜੀ ਬਲਜੀਤ ਸਿੰਘ ਜੀ ਪ੍ਰਕਾਸ਼ ਸਿੰਘ ਜੀ ਪਾਵਲਾ ਇੱਥੇ ਪਹੁੰਚੇ ਨੇ ਇਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਹੈ ਔਰ ਬਹੁਤ ਹੀ ਮਾਣ ਮੱਤੀਆਂ ਸ਼ਖਸੀਅਤਾਂ ਸਾਡੇ ਵਿੱਚ ਇੱਥੇ ਅੱਜ ਬਿਰਾਜਮਾਨ ਨੇ ਸਰਦਾਰ ਓਂਕਾਰ ਸਿੰਘ ਜੀ ਸਮਰਾਟ ਸਵੀਟ ਸ਼ੋਪ ਭੋਗਪੁਰ ਵਾਲੇ ਔਰ ਹੋਰ ਬਹੁਤ ਹੀ ਇੱਥੇ ਸ਼ਖਸੀਅਤਾਂ ਪਹੁੰਚੀਆਂ ਨੇ ਸਾਡੇ ਵਿੱਚ ਜਿਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਨੇ ਅੱਜ ਦੇ ਇਸ ਮਹਾਨ ਕਬੱਡੀ ਕੱਪ ਦੇ ਵਿੱਚ ਪਹੁੰਚ ਕੇ ਔਰ ਜਿਹਨਾਂ ਵੀਰਾਂ ਨੇ ਬਹੁਤ ਯੋਗਦਾਨ ਪਾਇਆ ਹੈ ਇਸ NRI ਵੀਰੇ ਜਾਂ ਸਾਡੇ ਨਗਰ ਦੇ ਜਿਹਨਾਂ ਨੇ ਇਸ ਕੱਪ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ ਹੈ ਮਾਈਕ ਤੌਰ 'ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ। ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਕਿ ਮੈਚ ਜਲਦੀ ਚਾਲੂ ਕਰੋ ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਕਿ ਮੈਚ ਜਲਦੀ ਚਾਲੂ ਕਰੋ ਸਮਾਂ ਬਹੁਤ ਹੋ ਚੁੱਕਾ ਹੈਲੋ ਹੈਲੋ ਬਹੁਤ ਬਹੁਤ ਧੰਨਵਾਦ ਹੈ ਜੀ ਮੁੱਖ ਸਟੇਜ ਦੇ ਉੱਪਰ ਸਾਡੀਆਂ ਮਹੱਤਵਪੂਰਨ ਸ਼ਖਸੀਅਤਾਂ ਸੁਸ਼ੋਭਿਤ ਹੈ ਬਾਈ 35 ਕਿਲੋ ਦਾ ਫਾਈਨਲ ਮੈਚ ਚੱਲ ਰਿਹਾ ਇਸ ਤੋਂ ਬਾਅਦ ਆਲ ਓਪਨ ਕਲੱਬ ਦਾ ਪਹਿਲਾ ਮੈਚ ਜਿਹੜਾ ਬਾਬਾ ਸਿੱਧ ਕਬੱਡੀ ਕਲੱਬ ਸੁਰਖਪੁਰ ਤੇ ਬਾਬਾ ਫਗੂੜਾ ਸਾਹਿਬ ਸਪੋਰਟਸ ਕਲੱਬ ਪੱਤੜ ਕਲਾਂ ਦੀ ਟੀਮ ਦਾ ਹੋਵੇਗਾ ਦੋਨਾਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਕਿ ਪਹਿਲਾ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਹੋਵੇਗਾ ਆਲ ਓਪਨ ਕਲੱਬ ਦਾ ਬਾਬਾ ਸਿੱਧ ਕਬੱਡੀ ਕਲੱਬ ਸੁਰਖਪੁਰ ਤੇ ਬਾਬਾ ਫਗੂੜਾ ਸਾਹਿਬ ਸਪੋਰਟਸ ਕਲੱਬ ਪੱਤੜ ਕਲਾਂ ਇਹ ਦੋਨੋਂ ਟੀਮਾਂ ਜਿਹੜੀਆਂ ਬਰਾਏ ਮਿਹਰਬਾਨੀ ਜਲਦ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆਉਣਗੀਆਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਓਂਕਾਰ ਸਿੰਘ ਜੀ ਸਮਰਾਟ ਸਵੀਟ ਹਾਊਸ ਭੋਗਪੁਰ ਵਾਲੇ ਪੁੱਜੇ ਆ ਬਹੁਤ ਵੱਡਾ ਜਿਹੜਾ ਸਹਿਯੋਗ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਅੱਜ ਆਲ ਓਪਨ ਕਲੱਬਾਂ ਦਾ ਤੇ 75 ਕਿਲੋ ਕਲੱਬਾਂ ਦਾ ਜਿਹੜਾ ਦੂਸਰਾ ਇਨਾਮ
उन्हां वल्लों स्पोंसर किया गया। उन्हां दे नाल सरदार गुरनाम सिंह जी गामा चक राजू सिंह पिंड वाले पुजे ने, उन्हां दा भी स्वागत है। सरपंच कुलवंत सिंह जी सांदरा ते नाल लंबड़दार कृपाल सिंह जी सांदरा विशेष तौर पर पुजे ने, उन्हां दा बहुत बहुत धन्यवाद जी आयां नूं। और रवेल सिंह जी जलंधर तो पुजे ने, जतेंद्रपाल सिंह जी जलंधर तो आए ने, उन्हां दा भी स्वागत है। उन्हां दे नाल बलजीत सिंह जी ते प्रकाश सिंह जी पावला साहब पुजे ने। मैं इन्हां सारियां मोहतबर शख्सियतां दा बहुत बहुत ऋणी हाँ। और साढ़े बहुत ही सत्कारयोग कमलजीत सिंह जी डली साहब, डली साहब स्वागत है तुहाडा बहुत बहुत जियां नूं। मैं पहला देखिया नहीं, सॉरी आ, साढ़े बहुत ही सत्कारयोग शख्सियत ने। और कहते भी 14 ते 15 नवंबर का जिहड़ा कबड्डी का महाकुंभ श्री गुरु हरगोबिंद साहब स्पोर्ट्स क्लब के वड्डे बैनर के हेठ, और जिथे नौजवान सिख वैलफेयर सुसायटी डली की बहुत वड्डी सरप्रस्ती है, बहुत वड्डा कबड्डी कप होगा। सरदार ओंकार सिंह जी सम्राट स्वीट हाउस भोगपुर वालियां दा उत्थे भी बहुत वड्डा योगदान है। मैं तह दिल तो ऋणी हाँ। सो धन्नवाद कमलजीत सिंह जी डली साहब। जिथे वालीबाल के बहुत वधिया मुकाबले होने ने, उत्थे रैसलिंग की कुश्ती की गल कहते भी 14 नवंबर में होगी। साढ़े सोमपाल जी उन्होंने जानकारी दी है। पंजाब के जिहड़े प्रसिद्ध बहुत जिहड़े मशहूर अखाड़े ने, उन्होंने सदे हुए भलवाना दियां बजियां हुई जिहड़ियां कुश्तियां ने, वह 14 नवंबर में होणगियां। खुली कुश्ती कोई नहीं होगी। ये सारे पहलवान नोट रखणगे भी मेहरबानी करके भी कोई भी खुली कुश्ती नहीं होगी। तो 15 तरीक न 8 जिहड़ियां अंतरराष्ट्री क्लबां खेडणियां ने नौजवानों भोगपुर के दाणा मंडी की धरती से, ते 13 तरीक न कहते भी शिकारी कुत्तियां दीआं दौड़ां भी करवाईआं जाणगीआं। ये नोट रखण साढ़े कबड्डी के प्रेमी सारिआं नूं प्यार दा सद्दा लैके पुज्जे बहुत ही सत्कारयोग कमलजीत सिंह जी डली साहब। साढ़े बहुत ही सत्कारयोग सोमपाल जी फिजिकल लैक्चरार जो जानकारी दे रहे हैं। इधरले पासे 35 का बहुत वधिया 35 किलो भार वर्ग का मुकाबला है खेड मैदान के अंदर। और साडियां मोहतबर शख्सियतां पुजिया हुई ने, सारिआं दा धन्नवाद है। बाबा सिद्ध कबड्डी क्लब सुरखपुर ते बाबा फगूड़ा साहब स्पोर्ट्स क्लब पत्तड़कला, पहला मैच अज दे कबड्डी कप का होगा। दूसरा जिहड़ा कहिंदे भी मुकाबला होगा शहीद भाई लखबीर सिंह कबड्डी क्लब घरियाला ते रुड़का दी टीम के दरम्यान दूसरा मैच खेडिया जाएगा। तीसरा मैच बाबा मुराद शाह कबड्डी क्लब कैलीफोर्निया ते गुरु नानक कबड्डी क्लब बैंचां दी टीम के दरम्यान होगा। चौथा मैच शाहकोट लायंस की टीम बाबा सुखचैन दास कबड्डी क्लब शाहकोट ते बाबा फतेह सिंह कबड्डी क्लब घो किशोर की टीम चौथा मैच होगा। ये जिहड़ियां टीमां दे कोच खिलाड़ी नोट रखण, समय के नाल टीमां जिहड़ियां तैयारी करके खेड मैदान दे विच आउणगियां। पहला मैच बाबा सिद्ध कबड्डी क्लब सुरखपुर की टीम ते बाबा फगूड़ा साहब स्पोर्ट्स क्लब पत्तड़कला की टीम के दरम्यान होगा। ये टीम जल्द आउण। बहुत शानदार उधरले पासे जफा लगता मैदान के अंदर, नंबर जाफी का 35 किलो भार वर्ग का भी मैच बड़ा सोहना मैदान के चलता हुआ। जिन्हें भी दर्शक वीर पुजे हुए ने सारे दर्शकों का स्वागत कर रहे हैं, बहुत बहुत जिया आखते हैं सारे कबड्डी के प्रेमियों का जेडे अज जुड़े ने साडे इस खेड मैदान के नाल। श्री शरदा राम यूथ क्लब प्रधान कमलजीत सिंह जी धामी साहब होना वालों पुजे हुए सारे दर्शकों का, कबड्डी दियां जिन्हां टीमां पुजियां ने उन्हां दे कोचां दा स्वागत है। अमृतपाल मान चमकीला आस्ट्रेलिया के व्याना शहर तो तकदा है भाई, अज कबड्डी 365.com राही पूरी दुनिया दे विच एखे। वाह, ताड़ियां मारो मेरे पंजाबी वीरियो, क्या बात है कि पेंदे भंगड़े ते पाउंदे ने कबड्डियां ने। और शैल मुंडे गभरू है अज श्री शरदा राम यूथ क्लब की टीम जिहड़ी है 35 किलो भार वर्ग की खेडदी हुई खेड मैदान के अंदर, कि खेडां खेडण लई ना हारन लई खेडां खेडण लई। बहुत वधिया मैच इस वेले मैदान के अंदर 35 किलो भार वर्ग का फाइनल चल रहा है। उधले पासे भी वाह पेंदे भंगड़े नौजवानों, ताड़ियां मारो इधले पासे भी कि मुंडे असी भी किसी दे नालों घट नहीं। आओ जज मोरे मुकरी ना, मुल मोड़ तू प्यार दा जट नहीं, जज मोरे मुकरी ना। बहुत सोहना जफा जिहड़ा अंदर लगता हुआ
ਬੱਲੇ ਬੱਲੇ ਹੋਈ ਪਈ ਇਸ ਮੈਚ ਦੇ ਵਿੱਚ ਫਾਈਨਲ ਦਾ ਮੈਚ ਹੈ ਬਹੁਤ ਤਕੜਾ ਇਧਰਲੇ ਪਾਸੇ ਵੀ ਡਫਾ ਲੱਗਦਾ ਹੈ ਆਓ ਦੇਖਾਂਗੇ ਵੀ ਹੁਣ ਗੱਲ ਮੁਸ਼ਕਲ ਹੋ ਚੁੱਕੀ ਖੇਡ ਮੈਦਾਨ ਦੇ ਅੰਦਰ ਹੰਦੇ ਦੂਰ ਹੋ ਗਏ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਨਹੀਂ ਟਿਕਟਾਂ ਦੋ ਲੈ ਲਈ ਨਹੀਂ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਨਹੀਂ ਟਿਕਟਾਂ ਦੋ ਲੈ ਲਈ ਹਾਂ ਆਹ ਮਾਰੀ ਥਾਪੀ ਭੜਤੇ ਨੌਜਵਾਨ ਨੇ ਤੇ ਨੰਬਰ ਨਾਂਦਾ ਚੌਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਇੱਕ ਇੱਕ ਨੰਬਰ ਬੜਾ ਕੀਮਤੀ ਹੁੰਦਾ ਫਾਈਨਲ ਜਾਂ ਸੈਮੀ ਫਾਈਨਲ ਜਦੋਂ ਮੁਕਾਬਲੇ ਚੱਲਦੇ ਆ ਫਿਰ ਨੌਜਵਾਨੋ ਇੱਕ ਇੱਕ ਨੰਬਰ ਜਿਹੜਾ ਬੜਾ ਕੀਮਤੀ ਹੁੰਦਾ ਉਧਲੇ ਪਾਸੇ ਵਾਹ ਗੁੱਟ ਫੜਿਆ ਜਫਾ ਲੱਗਦਾ ਪਰ ਆਓ ਦੇਖਿਆ ਵੀ ਨੰਬਰ ਆਓ ਨੰਬਰ ਨੰਦਾ ਚੌਰ ਦੀ ਟੀਮ ਦੇ ਖਾਤੇ ਜੁੜ ਗਿਆ ਯੇ ਕੈਂਚੀਆਂ ਖਾ ਕਰੋਗੇਗੀ ਹਮੇ ਪਰ ਫੈਲਾਨੇ ਸੇ ਹਮ ਹੌਸਲੋਂ ਸੇ ਉੜਾ ਕਰਤੇ ਹੈ ਹਮ ਹੌਸਲੋਂ ਸੇ ਉੜਾ ਕਰਤੇ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਓਮਕਾਰ ਸਿੰਘ ਜੀ ਸਮਰਾਟ ਸਵੀਟ ਹਾਊਸ ਭੋਗਪੁਰ ਮਾਣ ਹੈ ਸਾਨੂੰ ਜਿਹਨਾਂ ਤੇ ਹਰ ਸਾਲ ਉਹਨਾਂ ਦਾ ਵੱਡਾ ਯੋਗਦਾਨ ਹੁੰਦਾ ਇਸ ਕਬੱਡੀ ਕੱਪ ਦੇ ਵਿੱਚ ਉਹਨਾਂ ਦੇ ਸਾਥੀ ਗੁਰਨਾਮ ਸਿੰਘ ਜੀ ਗਾਮਾ ਸਾਹਿਬ ਕੁਲਵੰਤ ਸਿੰਘ ਜੀ ਤੇ ਲੰਬੜਦਾਰ ਕਿਰਪਾਲ ਸਿੰਘ ਜੀ ਪੁੱਜੇ ਨੇ ਜੀ ਸਵਾਗਤ ਹੈ ਬਹੁਤ ਵਧੀਆ ਜਫਾ ਇੱਕ ਇੱਕ ਜਫੇ ਦੀ ਗੱਲ ਮੈਦਾਨ ਦੇ ਅੰਦਰ ਚੱਲਦੀ ਹੈ ਵੱਡੇ ਪੱਧਰ ਦਾ ਮੈਚ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰ ਬਹਿ ਜਿਓ ਗੋਡੀ ਲਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜੀ ਗੁੱਡੀ ਲਾ ਕੇ ਆਹ ਹੈ ਟੱਕਰ ਹੁਣ ਬਰਾਬਰ ਦੀ ਕਦੇ ਸੱਜੇ ਕਦੇ ਖੱਬੇ ਤੇ ਨੰਬਰ ਨੰਦਾ ਚੌਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਸੁਰਖਪੁਰ ਤੇ ਪੱਤੜਗਲਾਂ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਆਉਣ ਪਹਿਲਾ ਮੈਚ ਆਲੂ ਸੁਰਖਪੁਰ ਤੇ ਪੱਤੜਗਲਾਂ ਦੀ ਟੀਮ ਪਹਿਲਾ ਮੈਚ ਖੇਡਣ ਦੇ ਲਈ ਜਲਦ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰੇ ਤੇ ਇਧਰਲੇ ਪਾਸੇ ਫਿਰ ਜਫਾ ਮੈਦਾਨ ਦੇ ਵਿੱਚ ਲਾਉਂਦਾ ਪਰ ਲੰਮੀ ਭਾਜ ਹੈ ਗੱਭਰੂ ਦੀ ਤੇ ਨੰਬਰ 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 ਆਓ ਰੇਡਰ ਦਾ ਵਾਹ ਨੰਬਰ ਧਾਵੀ ਦਾ ਆ ਭਲਵਾਨ ਪੰਡੋਰੀ ਦੀ ਟੀਮ ਖੇਡਦੀ ਹੈ ਕਿਆ ਬਾਤ ਪਾਲ ਜੀ ਕਿਆ ਬਾਤ ਹੈ ਜੇ ਟੀਮ ਜਿੱਤ ਗਈ ਤੇ ਅੱਜ ਪਾਲਟੀ ਤਗੜੀ ਹੋਣੀ ਹੈ ਫਿਰ ਕਿਆ ਬਾਤ ਹੈ ਜੀ ਪਾਲ ਸਿੰਘ ਜੀ ਕਾਕੂ ਭਾਜੀ ਕਹਿੰਦਾ ਵੀ ਸਾਡੇ ਮੁੰਡੇ ਵੀ ਵਧੀਆ ਖੇਡ ਰਹੇ ਨੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ ਸਾਡੇ ਸਤਿਕਾਰਯੋਗ ਕੁਲਵੀਰ ਸਿੰਘ ਜੀ ਲਾਲਾ USA ਜਿਨ੍ਹਾਂ ਵੱਲੋਂ ਪਹਿਲਾ ਇਨਾਮ ਅੱਜ ਇਸ ਕਬੱਡੀ ਕੱਪ ਦਾ 52,000 ਦਿੱਤਾ ਜਾਣਾ ਹੈ ਤੇ ਸਾਡੇ ਸਤਿਕਾਰਯੋਗ ਸਰਦਾਰ ਓਮਕਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਨੇ ਭੋਗਪੁਰ ਤੋਂ ਸਮਰਾਟ ਸਵੀਟ ਹਾਊਸ ਵਾਲੇ ਉਹਨਾਂ ਵੱਲੋਂ ਦੂਸਰਾ ਇਨਾਮ 75 ਕਿਲੋ ਦਾ 10,000 ਤੇ ਆਲ ਓਪਨ ਕਲੱਬ 41,000 ਰੁਪਇਆ ਦਿੱਤਾ ਜਾਵੇਗਾ ਕਮਲਜੀਤ ਸਿੰਘ ਜੀ ਧਾਮੀ ਸਾਹਿਬ ਉਹਨਾਂ ਦੇ ਨਾਲ ਡਾਢਾ ਪਿਆਰ ਮੁਹੱਬਤ ਹੈ ਸੋ ਹਰ ਸਾਲ ਜਿਹੜਾ ਵੱਡਾ ਸਹਿਯੋਗ ਪਾਉਂਦੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਅਗਲੇ ਪਾਸੇ ਕਬੱਡੀ ਪਾ ਚੁੱਕੀ ਪੰਡੋਰੀ ਫਗੂੜਿਆਂ ਵਾਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਂਦਾ ਹੈ ਕਿ ਕਿਹਨੇ ਕਿਹਨੇ ਮਾਰੇ ਡੰਡ ਕਿਹਨੇ ਕਿਹਨੇ ਚੁੰਗੀਆਂ ਨੇ ਬੂਰੀਆਂ ਉਧਲੇ ਪਾਸੇ ਟਕਦਾ ਲੰਮੀ ਭਾਜ ਗੱਭਰੂ ਦੀ ਬੱਲੇ 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 ਆਓ ਨੰਬਰ ਨੰਬਰ ਪੰਡੋਰੀ ਫਗੂੜਿਆਂ ਦੀ ਟੀਮ ਦੇ ਖਾਤੇ ਜੁੜ ਗਿਆ ਬਹੁਤ ਸੋਹਣਾ ਮੈਚ ਕਬੱਡੀ ਕੋਚ ਇੰਦਰਪਾਲ ਬਜਵਾ ਕਲਾਂ ਸੁਖਾ ਘੁਗਸ਼ੋਰ ਰਿੰਕੂ ਪਟਵਾਰੀ ਦਾ ਸਾਡੇ ਲਾਡੀ ਜੀ ਕੋਚ ਸਾਹਿਬ ਉਹਨਾਂ ਦਾ ਨਕੋਦਰ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜੀਆਂ ਨੂੰ ਘਰਿਆਲੇ ਦੀ ਟੀਮ ਦੇ ਕੋਚ ਸਾਹਿਬ ਦਾ ਵੀ ਸਵਾਗਤ ਹੈ ਤੇ ਇਧਰਲੇ ਪਾਸੇ ਕੋਸ਼ਿਸ਼ ਕੀਤੀ ਹੋਈ ਨੌਜਵਾਨ ਨੇ ਪਰ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ 35 ਕਿਲੋ ਦਾ ਫਾਈਨਲ ਮੈਚ ਬੜੇ ਸ਼ਾਨਦਾਰ ਤੇ ਬੜੇ ਜੋਸ਼ੋ ਖਰੋਸ਼ ਦੇ ਨਾਲ ਖੇਡਿਆ ਜਾ ਰਿਹਾ ਕਿ ਬੱਲੇ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ ਬੱਲੇ ਉਹ ਸ਼ੇਰ ਜਵਾਨਾ ਖੇਡੀ ਜਾ ਵਿੱਚ ਮੈਦਾਨਾ ਬਹੁਤ ਤਕੜਾ ਮੈਚ ਅਜੇ ਤਾਂ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਤੀਰ ਕਮਾਨ ਚ ਕੁਝ ਵੀ ਹੋ ਸਕਦਾ ਹੈ ਆਓ ਨੌਜਵਾਨ ਨੇ ਕੋਸ਼ਿਸ਼ ਕੀਤੀ ਹੈ ਕਬੱਡੀ ਪਾਉਣ ਦੀ ਪਰ ਨੰਬਰ ਕਿਸ ਨੌਜਵਾਨ ਦੇ ਖਾਤੇ ਜੁੜਦਾ ਹੈ ਵੀ ਇਹ ਸਮਾਂ ਦੱਸੇਗਾ ਆਓ ਮੁਕਾਬਲਾ ਹੋ ਗਿਆ ਕਿ ਭੀੜੀ ਗਲੀ ਵਿੱਚ ਹੋ ਗਿਆ ਟਾਕਰੇ ਖੜ ਗਿਆ ਬਾਹੋਂ ਫੜ ਕੇ ਆਓ ਭੱਜ ਜਾ ਵੇ ਮਿੱਤਰਾ ਹੁਣ ਟਕੂਏ ਤੇ ਟਕੂਆ ਖੜ ਕੇ ਭੱਜ ਜਾ ਵੇ ਮਿੱਤਰ ਬਹੁਤ ਸੋਹਣਾ ਜਿਹੜਾ ਨੰਬਰ ਹੈ ਪੰਡੋਰੀ ਫਗੂੜਿਆਂ ਦੀ ਟੀਮ ਦੇ ਜੁੜਦਾ ਹੋਇਆ ਚੱਲ ਵੀ ਨੌਜਵਾਨ ਦੀ ਅਗਲੀ ਕਬੱਡੀ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਦੋ ਖਿਡਾਰੀ ਨੇ ਇੱਕ ਨੰਬਰ ਤੋਂ ਗੁੱਟ ਫੜਿਆ ਕੈਂਚੀ ਵੱਜੀ ਹੋਈ ਖੇਡ ਮੈਦਾਨ ਦੇ ਅੰਦਰ ਦੇਖਦੇ ਆ ਵੀ ਹੁਣ ਕੀ ਫੈਸਲਾ ਹੁੰਦਾ ਕੀ ਫੈਸਲਾ ਹੋਵੇਗਾ 30 ਸੈਕਿੰਡ ਦਾ ਸਮਾਂ ਹਰ ਉਧਲੇ ਪਾਸੇ ਗੁੱਟ ਫੜਿਆ ਕਿ ਗੁੱਟ ਫੜ ਕੇ ਕੈਂਚੀ ਲਾ ਲੈ ਪਕੜ ਬਣਾ ਲੈ ਲੱਤਾਂ ਦੀ ਕਿ ਡੰਡ ਬੈਠਕਾਂ ਲਾ ਲੈ ਮੁੰਡਿਆ ਕੌਡੀ ਹੋ ਗਈ ਲੱਖਾਂ ਦੀ ਕੌਡੀ ਹੋ ਗਈ ਲੱਖਾਂ ਦੀ ਉਧਲੇ ਪਾਸੇ ਤਾੜੀਆਂ ਮਾਰੋ ਵੀ ਮੇਰੇ ਬੰਦੇ ਪੰਡੋਰੀ ਫਗੂੜਿਆਂ ਦੀ ਟੀਮ ਦਾ
सरपंच राम गोपाल जी वो भी साढ़े दरम्यान पुजे ने जी उन्हों का भी स्वागत जिया है जिन्हें भी महत्वपूर शख्सियत पुजरिया ने श्री शरदा राम यूथ क्लब वालों बहुत बहुत स्वागत है। अगले पासे 35 किलो का बड़ा तगड़ा मैच 35 किलो भार वर्ग दी टीमां खेड़ दी अगले पासे फिर पाल सिंह की कदमी नंबर रेडर का नंबर पंडोरी फगूड़िया की टीम का क्या बात है। भाई मैं बेनती करना दोनों टीम मैदान के आनगियां सुरखपुर ते पत्तड़ कला और कबड्डी के महान बुलारे साढ़े अमरीक खोसा कोटला वाले वो भी तैयारी रखे पहले मैच की जी कमेंट्री है उन्होंने वालों की जाएगी। साढ़े राणा धामी जी उन्होंने ये दिशा निर्देश जारी किए हैं साडा वीर अमरीक भी पुजिया मैं उन्होंने इतने पहुंचने से अज बहुत बहुत स्वागत करता है। फुलां वर्गी हाजरी हुई है उन्होंने भी उन्होंने कुछ साथी पुजे ने उन्हों का भी स्वागत है बहुत बहुत जी आयान साडा वीर अमरीक माइक ते सोहने बोल बोलता है ते इतले पासे हौतीली तो बन गया लौंग 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 तो कोका बन गया नहीं ताड़ियां मारो मेरे पंजाबी कर दिता है हाय 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 ये है नौजवानों कबड्डी 35 किलो की 35 किलो की कबड्डी नौजवानों बल्ले बल्ले हो गई है। सोमपाल जी आए ने नौजवानों प्यार सत्कार देने वास्ते ना खिलाड़ियों साढ़े सत्कारयोग सरदार ओंकार सिंह जी बहुत वड्डा माण कहिंदे भी पंडोरी फगूड़िया दे आ जाफी ने जिन्हें जफा लाया कालकर साहब 500 आ कोच नूं भेज दिओ इधर पैसे जिहड़े खिलाड़ियों के नाल ही पहुंचते करो 500 रुपया सरदार ओंकार सिंह जी सम्राट स्वीट हाउस भोगपुर वाले आओ जफे तो खुश होकर मान सम्मान भेजते हैं। मैं धन्यवाद वड्डा प्यार सत्कार इन्हां खिलाड़ियों वास्ते भेज रहे ने ओंकार सिंह जी भोगपुर वाले तो उन्होंने साथी सरदार गुरनाम सिंह गामा चक राजू सिंह पिंड तो सरपंच कुलवंत सिंह जी सांधरा लंबड़दार कृपाल सिंह जी सांधरा वड्डा प्यार दिंदे इस जाफी नूं उधले पासे फिर जफा लगता मैदान के अंदर बहुत तगड़ा जफा खेड मैदान के अंदर है और की फैसला होगा यह भी गल समय के उपर होगी। हाँ देखो कबड्डी का जोश नौजवानों महबूब खेड कबड्डी की गल मैदान चलती हुई आ पलवान आ फड़ी 500 रुपया जेडे जफा लगा सी साढ़े ओंकार सिंह जी सम्राट स्वीट हाउस भोगपुर वालों ने प्यार भेजिया 500 का सो इन खिलाड़ियों कहते भी पूरा जोर लग रहा है। तो अगली कबड्डी जी फिर पंडोरी फगूड़िया वालों पै चुकी है कमलजीत सिंह जी डल्ली साहब वो भी साढ़े दरम्यान पुजे ने उन्हों का भी धन्यवाद है। तो इधरले पासे गुट फड़िया कैंची मारी हुई है कि गुट फड़ के कैंची ला लै पकड़ बना लै लत्तां दी कि डंड बैठक ला लै मुंडिया कौडी होगी लखां दी आ नंबर बापू शरदा राम कबड्डी क्लब नंदा चौर की टीम के खाते के जुड़ता हुआ खेड़ नहीं कबड्डी है खेडा विचों वड्डी है किने तेरा रखिया ही ना बहुत सोहना नंबर जाफी का पंडोरी फगूड़िया की टीम के खाते के नंबर जुड़ता हुआ बहुत वधिया मैच है दोनों टीमों के दरम्यान चलता हुआ ते कबड्डी मैदान के अंदर पंडोरी फगूड़िया वाले ने पा दिती है खेड कबड्डी की गल मैदान के अंदर नंदा चौर का चौथा गोल्ड कबड्डी कप बापू ओम जी की याद में करवाया जा रहा है और मैं विशेष तौर पर सुरजीत सिंह जी पावला साहब जो चेयरमैन ने इस क्लब के कमलजीत सिंह जी धामी साहब तो उन्होंने नाल सारे सहयोगी साथियों बहुत बहुत ऋणी हाँ कि जिन्हों के वड्डे उद्यम के नाल अज कबड्डी की पद्धर के उपर की जा रही है। 14 से 15 तरीक ने नौजवानों तलवंडी राइया के टूरनामेंट दियां क्या बात है। बलवीर सिंह जी तुगा साहब टगर साहब स्वागत है तुहाडा जियां नूं कबड्डी के महान दीवाने परवानियां दे विच नाम है
सो इन्हों का विशेष तौर पर धन्यवाद। जथेदार उज्जल सिंह जी धुग्गा साहब, जथेदार उज्जल सिंह जी धुग्गा साहब मेहरबानी करके स्टेज पर आ जाओ, आ जाओ आ जाओ, जे तुम आ गए तो थोड़ा जाना कख नहीं, तो जे ना आए तो साडा रहना कख नहीं, आ जाओ मेहरबानी करके। हाँ जी बलवीर सिंह जी तुम भी आ जाओ मेहरबानी करके। हाँ जी हाँ जी बल आ बलविंदर चुगामा दा साइकिल चुक रहा नौजवानों के, बुलंद हौसले ही फतेह की बुनियाद हुआ करते हैं, कांपते हाथों से शमशीर उठाया ना करो। भैया लियाओ नंबर किन्ने किन्ने, भी जानकारी दी दर्शकों नूं नंबर किन्ने किन्ने टीम दे, बहुत जोर लग्या भाई। आ जो मैच रहा सी नंदा चौर दे 10.5 नंबर ते पंडोरी फगूड़िया दे 15 नंबर, ताड़ियां मार दे भी पंडोरी फगूड़िया की टीम जेतू रही है। हाँ जी मैं बेनती करांगा राणा बनवालीपुर जी तो बिट्टू भाजी नवाजीपुर तो मेहरबानी करके मैदान के आ जाओ, रैफरी दियां सेवावां होणगियां, जल्दी आ जाओ राणा भाजी बनवालीपुर ते बिट्टू भाजी जल्दी आ जाओ। हाँ जी हाँ इधले पासे मोटरसाइकिल के उपर दो नौजवान बैठे ने, दंदा के नाल मोटरसाइकिल खिंचया जा रहा, सो ये भी कला है, अपनी कला है नौजवान की कि बुलंद हौसले ही फतेह की बुनियाद हुआ करते हैं, कांपते हाथों से शमशीर उठाया ना करो, कांपते हाथों से शमशीर उठाया ना करो। हाँ जी पहला मैच सुरखपुर ते पत्तड़कलां दी टीम दा, भी जल्द आओ मेहरबानी करके, पहला मैच सुरखपुर ते पत्तड़कलां बाबा सिद्ध कबड्डी क्लब सुरखपुर की टीम ते बाबा फगूड़ा साहब स्पोर्ट्स क्लब पत्तड़कलां, ये टीमां जल्द तो जल्द तैयार होकर खेड मैदान के आ जाए मेहरबानी करके। हाँ जी फाइनल मैच 75 उस तो बाद होगा, वो भी टीम तैयारी कर लें 75 का फाइनल मैच। जनरल सकत्तर यूथ अकाली दल सरपंच साहब कहते भी असी मोटरसाइकिल से बैठे हैं, मोटरसाइकिल जरा हिम्मत ना हिलना, आओ भी क्लबां दोनों जल्द आ जाओ, दर्शक बड़े उतावले ने पहला मैच देखने वास्ते, दोनों टीम जिहड़ियां जल्द आ जाओ, पत्तड़कलां की टीम ते सुरखपुर की टीम का पहला मुकाबला खेड मैदान दे विच खेडिया जाएगा, जल्द जिहड़ियां दोनों टीम तैयार होकर खेड मैदान के अंदर आ जाए। Thank you.
हेलो दोनों टीम जल्द आओ जी मैदान के अंदर। हेलो हेलो कमलजीत सिंह जी धामी साहब उन्हां दी सरप्रस्ती है ते कमलजीत सिंह जी डली साहब सोमपाल जी ते संदीप सिंह जी क्या बात है साडा वीर एएसआई संदीप सिंह माण है सानू जिन्हां ते साडे दरम्यान पुज रहियां ने शख्सियतां सारिआं दा बहुत बहुत स्वागत है। असि जिया आखते हैं मैं धन्यवादी हाँ बहुत ही सत्कारयोग क्योंकि फिर मैच शुरू हो जाने ने बाद सिर्फ कबड्डी की गल मैदान होगी। एक बार असी धन्यवाद कर दईए कुलवीर सिंह जी लाला यूएसए वालों का जिन्हों वालों पहला इनाम दिता जाना 51,000 रुपया। दूसरा इनाम सरदार ओंकार सिंह जी सम्राट स्वीट हाउस भोगपुर वाले स्पॉन्सर कर रहे हैं 41,000 ते 75 किलो का दूसरा इनाम 10,000 रुपया भी उन्होंने वालों ही स्पॉन्सर है। सुखविंदर पाल सिंह इटली तो 75 किलो का पहला इनाम स्पॉन्सर कर रहे हैं। अशरजीत सिंह जी लवली मंझपुर वाले यूएसए तो जिन्होंने अज बेस्ट रेडर मोटरसाइकिल सम्मान देना है उन्हों का भी प्रबंधक कमेटी वालों धन्यवाद। और साढ़े सत्कारयोग मास्टर गुरमीत सिंह जी के बेटे डॉक्टर अमरप्रीत सिंह जी कनेडा वालों वालों अज बेस्ट जाफी मोटरसाइकिल मान सम्मान दिता जाएगा। धन्यवादी हाँ मैं इन्हों महत्वर शख्सियतों का साडा वीर संदीप पुजा साढ़े दरम्यान और धन्यवाद करते हैं। असं उन्हों का जिया आखते हैं सीकरी तो और इधरले पासे टीम जो खेड मैदान के अंदर पुज रही ने बहुत बहुत स्वागत है खिलाड़ियों का जो समय के पुज रहे हैं खेड मैदान के अंदर। बाबा फगूड़ा साहब स्पोर्ट्स क्लब पत्तड़ कलां की टीम और बाबा सिद्ध कबड्डी क्लब सुरखपुर की टीम का पहला मैच होगा। टीम समय के जुड़ रही ने सो धन्यवाद है इन्हों का इतने पहुंचने जिया आखते हैं। पहले मुकाबले दीम जवि भाम वाला अपनी टीम लैके मैदान पुजे है सो धन्यवाद आखते इन्हों वीर सारे वीर का।
ਕਰਨਾ ਜੀ ਤੁਸੀਂ ਪੂਰੀ ਕਰਕੇ ਰੱਖ ਮੈਂ ਬੰਦਾ ਨੂੰ ਕਰਨਾ ਜੀ ਤੁਹਾਨੂੰ ਮਿਲ ਜਾਣਾ ਜੀ ਕੱਲ੍ਹ ਤੋਂ ਲੈ